ਬਰਨਾਲਾ ਪੁਲਿਸ ਵੱਲੋਂ ਕੀਤਾ ਗਿਆ ਵੱਡਾ ਉਪਰਾਲਾ। ਜਿਹੜੇ ਮੋਬਾਈਲ ਚੋਰੀ ਹੋ ਜਾਂਦੇ ਨੇ ਜਾਂ ਗੁੰਮ ਹੋ ਜਾਂਦੇ ਨੇ ਉਹ ਲੋਕਾਂ ਨੂੰ ਵਾਪਸ ਦਿੱਤੇ ਗਏ। ਬਰਨਾਲਾ ਪੁਲਿਸ ਵੱਲੋਂ 800 ਦੇ ਕਰੀਬ ਮੋਬਾਈਲ ਰਿਕਵਰ ਕਰਕੇ ਉਹਨਾਂ ਨੂੰ ਵਾਪਸ ਦਿੱਤੇ ਗਏ। ਯੋਗ SSP ਸਾਹਿਬ ਸ਼੍ਰੀ ਸੰਦੀਪ ਗੋਇਲ SSP ਬਰਨਾਲਾ ਵੱਲੋਂ ਮੁਹਿੰਮ ਚਲਾਈ ਗਈ ਹੈ ਜਿਨ੍ਹਾਂ ਵਿੱਚ ਜਿਹੜੇ ਆਪਣੇ ਆਮ ਤੌਰ 'ਤੇ ਲੋਕਾਂ ਦੇ ਮੋਬਾਈਲ ਗੁੰਮ ਹੋ ਜਾਂਦੇ ਆ ਉਹਨਾਂ ਦੀ ਅਸੀਂ ਇੱਕ ਇੱਥੇ ਮੁਹਿੰਮ ਸ਼ੁਰੂ ਕੀਤੀ ਸੀ ਜਿਨ੍ਹਾਂ ਵਿੱਚ ਅਸੀਂ 850 ਮੋਬਾਈਲ ਹੁਣ ਤੱਕ ਰਿਕਵਰ ਕਰ ਚੁੱਕੇ ਹਾਂ ਜਿਨ੍ਹਾਂ ਦੀ ਮਾਰਕੀਟ ਦੀ ਕੀਮਤ 1,30,00,000 ਰੁਪਇਆ ਹੈਗੀ ਹੈ। ਅੱਜ ਕਿੰਨੇ ਮੋਬਾਈਲ ਅੱਜ ਕੁੱਲ ਟੋਟਲ ਅਸੀਂ 100 ਮੋਬਾਈਲ ਹੈ ਜਿਹੜਾ ਹੋਰ ਟਰੇਸ ਕਰਕੇ ਪਬਲਿਕ ਨੂੰ ਦੇਣ ਜਾ ਰਹੇ ਹਾਂ। ਭਾਲ ਕਰਨੀ ਸ਼ੁਰੂ ਕਰ ਦਿੰਦੇ ਹੁਣ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਕਿਸੇ ਦਾ ਮੋਬਾਈਲ 1,00,000 ਦਾ ਕਿਸੇ ਦਾ 16,000 ਦਾ ਕਿਸੇ ਦਾ 50,000 ਦਾ ਤੇ ਲੋਕਾਂ ਨੂੰ ਜਦੋਂ ਉਹਨਾਂ ਦਾ ਖੋਇਆ ਮੋਬਾਈਲ ਮਿਲ ਜੇ ਉਹਨਾਂ ਦੀ ਆਟੋਮੈਟਿਕ ਹੀ ਖੁਸ਼ੀ ਆ ਜਾਂਦੀ ਹੈ ਜੀ। ਜਿੰਨੇ ਵੀ ਮੋਬਾਈਲ ਮਿਸ ਹੋ ਜਾਂਦੇ ਆ ਜਾਂ ਕਿਤੇ ਡਿੱਗ ਜਾਂਦੇ ਆ ਉਹ ਸਾਰੇ ਇਹ ਮੋਬਾਈਲ ਨੇ ਜੀ ਜਾਂ ਚੋਰੀ ਹੋਏ ਹੋਏ ਮੋਬਾਈਲ ਕਈ ਜਗ੍ਹਾ ਤੋਂ ਕਈ ਵਾਰ ਚੋਰੀ ਦੇ ਮੋਬਾਈਲ ਵੀ ਆ ਜਾਂਦੇ ਨੇ ਜੀ। ਸਾਨੂੰ ਅੱਜ ਬਹੁਤ ਖੁਸ਼ੀ ਹੈ ਕਿ ਸਾਡੇ ਸਾਹਮਣੇ ਸਾਡਾ ਮੋਬਾਈਲ ਲੱਭਿਆ।